प्यारे बच्चों आज अपन ਕਰਨ ਜਾ ਰਹੇ ਹਾਂ ਨੈਸ ਅਭਿਆਸ 44 ਜਮਾਤ 5ਵੀਂ ਵਿਸ਼ਾ ਬਾਤਾਵਨ ਸਿੱਖਿਆ ਆਓ ਦੇਖਦੇ ਹਾਂ ਅੱਜ ਦੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਸਾਡੇ ਕੋ ਤੁਸੀਂ ਮਾਰੂਥਲੀ ਖੇਤਰ ਵਿੱਚ ਯਾਤਰਾ ਕਰਨ ਲਈ ਜਾ ਰਹੇ ਹੋ ਤੁਹਾਡੇ ਲਈ ਕਿਸ ਜੰਤੂ ਨੂੰ ਆਪਣੇ ਨਾਲ ਲੈਣਾ ਲਾਭਕਾਰੀ ਰਹੇਗਾ ਬੱਚਿਓ ਮਾਰੂਥਲੀ ਖੇਤਰ ਉਹ ਹੁੰਦਾ ਹੈ ਜਿੱਥੇ ਰੇਤਲੇ ਮੈਦਾਨ ਹੁੰਦੇ ਹਨ ਤੇ ਚਲਣਾ ਔਖਾ ਹੋ ਜਾਂਦਾ ਹੈ অপਸ਼ਨ ਦਿੱਤੀਆਂ ਹਨ ਸਾਨੂੰ گاਂ ਬਲਦ ਊਠ ਜਾਂ ਹਾਥੀ ਬਿਲਕੁਲ ਸਹੀ ਬੱਚਿਓ ਤੁਸੀਂ ਕਿਹਾ ਮਾਰੂਥਲ ਦੇ ਵਿੱਚ ਯਾਤਰਾ ਕਰਨ ਲਈ ਜਾਂ ਤੁਰਨ ਲਈ ਸਾਨੂੰ ਜਿਹੜਾ ਊਠ ਆ ਉਹ ਸਹਾਇਕ ਹੁੰਦਾ ਆ ਸੋ অপਸ਼ਨ ਜਿਹੜੀ ਏਡੀ ਸਾਡਾ ਰਾਈਟ ਆਨਸਰ ਹੋਏਗਾ ਪ੍ਰਸ਼ਨ ਸੈਕੰਡ ਅਮਰੀਕਾ ਤੋਂ ਭਾਰਤ ਆਏ ছাত্রী ਨੇ ਭਾਰਤ ਵਿੱਚ ਖਰੀਦਦਾਰੀ ਕਰਨੀ ਹੈ ਦਸੋ ਇਸ ਲਈ ਉਸ ਕੋਲ ਕਿਹੜੀ ਮੁਦਰਾ ਜਾਂ ਕਰੰਸੀ ਹੋਣੀ ਚਾਹੀਦੀ ਹੈ ਬੱਚਿਓ ਅਮਰੀਕਾ ਤੋਂ ਕੋਈ ਭਾਰਤ ਆਇਆ ਭਾਰਤ ਵਿੱਚ ਉਹਨੇ ਸ਼ਾਪਿੰਗ ਕਰਨੀ ਆ ਉਹ ਕਿਹੜੇ ਪੈਸੇ ਨਾਲ ਸ਼ਾਪਿੰਗ ਕਰੂਗਾ ਉਹਦੇ ਕੋਲ ਕਿਹੜੀ ਕਰੰਸੀ ਹੋਊਗੀ অপਸ਼ਨ ਆ ਡਾਲਰ ਪੌਂਡ ਰੁਪਇਆ ਜਾਂ ਟਾਕਾ ਬਿਲਕੁਲ ਸਹੀ ਬੱਚਿਓ ਸਾਡੇ ਭਾਰਤ ਵਿੱਚ ਕੀ ਚੱਲਦਾ ਆ ਉਹ ਚੱਲਦਾ ਆ ਰੁਪਇਆ ਸੋ ਅਸੀਂ অপਸ਼ਨ ਈਡੀ ਨੂੰ ਸਰਕਲ ਕਰ ਦਮ ਪ੍ਰਸ਼ਨ ਨੰਬਰ 3 ਸੰਦੀਪ ਦਿੱਲੀ ਤੋਂ ਮੁੰਬਈ ਕੁਝ ਘੰਟਿਆਂ ਵਿੱਚ ਹੀ ਪਹੁੰਚ ਗਿਆ ਦੱਸੋ ਉਸਨੇ ਕਿਹੜੇ ਸਾਧਨ ਨਾਲ ਸਫ਼ਰ ਕੀਤਾ ਹੋਵੇਗਾ ਬੱਚਿਓ ਦਿੱਲੀ ਤੋਂ ਮੁੰਬਈ ਜਾਣ ਲਈ ਕਾਫੀ ਸਮਾਂ ਲੱਗਦਾ ਹੈ ਅਤੇ ਦਿੱਲੀ ਤੋਂ ਮੁੰਬਈ ਕਾਫੀ ਦੂਰ ਹੈ ਪਰ ਇਹ ਕੁਝ ਘੰਟਿਆਂ ਵਿੱਚ ਹੀ ਸੰਦੀਪ ਜਿਹੜਾ ਦਿੱਲੀ ਤੋਂ ਮੁੰਬਈ ਪਹੁੰਚ ਗਿਆ ਆਓ ਦੇਖਦੇ ਹਾਂ ਉਹ ਕਿਹੜੇ ਸਾਧਨ ਰਾਹੀਂ ਮੁੰਬਈ ਗਿਆ ਸਾਨੂੰ ਆਪਸ਼ਨਸ ਕੀ ਦਿੱਤੀਆਂ ਹਨ ਪਹਿਲਾਂ ਜੀ ਬੱਸ ਮੋਟਰਸਾਈਕਲ ਹਵਾਈ ਜਹਾਜ਼ ਜਾਂ ਕਿਸ਼ਤੀ ਬੱਚਿਓ ਰਾਈਟ ਆਨਸਰ ਹੋਏਗਾ ਹਵਾਈ ਜਹਾਜ਼ ਕਿਉਂਕਿ ਹਵਾਈ ਜਹਾਜ਼ ਹੀ ਹੈ ਜਿਹੜਾ ਲੰਬੀ ਦੂਰੀ ਦੇ ਸਫ਼ਰ ਨੂੰ ਘੰਟਿਆਂ ਵਿੱਚ ਹੀ ਤੈਅ ਕਰ ਲੈਂਦਾ ਹੈ ਸੋ ਆਪਸ਼ਨ ਏਡੀ ਸਾਡਾ ਰਾਈਟ ਆਨਸਰ ਹੋਏਗੀ ਪ੍ਰਸ਼ਨ 4 ਪੁਰਾਣੀ ਸਮਿਆਂ ਵਿੱਚ ਲੋਕ ਜ਼ਿਆਦਾਤਰ ਸੂਤੀ ਜਾਂ ਖੱਦਰ ਦੇ ਕੱਪੜੇ ਪਾਉਂਦੇ ਸਨ ਇਸ ਲਈ ਉਹ ਕਿਹੜਾ ਕੱਚਾ ਮਾਲ ਵਰਤੋਂ ਵਿੱਚ ਲਿਆਉਂਦੇ ਸਨ ਕੱਚਾ ਮਾਲ ਦਾ ਮਤਲਬ ਬੱਚਿਓ ਸੋਤੀ ਜਾਂ ਖਦਰ ਦੇ ਕੱਪੜੇ ਬਣਾਉਣ ਲਈ ਅਸੀਂ ਕਿਸ ਚੀਜ਼ ਦੀ ਵਰਤੋਂ ਕਰਦੇ ਹਾਂ ਆਪ ਦੇਖਦੇ ਆਪਸ਼ਨਸ ਆਪਸ਼ਨ ਹਨ ਬੱਚਿਓ ਸਾਡੇ ਕੋ ਕਪਾਹ ਰੇਸ਼ਮ ਜੂਟ ਜਾਂ ਔਨ ਰਾਈਟ ਆਨਸਰ ਆ ਸਾਡਾ ਬੱਚਿਓ ਕਪਾਹ ਆਪਸ਼ਨ ਊੜਾ ਊੜਾ ਨੂੰ ਅਸੀਂ ਕੀ ਕਰ ਦੇਣਾ ਸਰਕਲ ਪ੍ਰਸ਼ਨ ਨੰਬਰ 5 ਹੀਠਾਂ ਦਿੱਤੇ ਪਾਣੀ ਦੇ ਭਾਂਡਿਆਂ ਵਿੱਚ ਪਾਣੀ ਦਾ ਪੱਧਰ ਬਰਾਬਰ ਹੈ ਦਿੱਤੇ ਅਨੁਸਾਰ ਪਦਾਰਥ ਘੋਲਣ ਤੇ ਕਿਹੜੇ ਭਾਂਡੇ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਬੱਚਿਓ ਇਹ ਚਾਰਾਂ ਭਾਂਡਿਆਂ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ ਜਾਂ ਪੱਧਰ ਆ ਉਹ ਬਰਾਬਰ ਆ ਇਹਨਾਂ ਵਿੱਚ ਕੁਝ ਅਸੀਂ ਚੀਜ਼ਾਂ ਪਾ ਦੇਣੀ ਆ ਉਸ ਤੋਂ ਬਾਅਦ ਤੁਸੀਂ ਦੱਸਣਾ ਵੀ ਕਿਸ ਭਾਂਡੇ ਦਾ ਜਿਹੜਾ ਪੱਧਰ ਆ ਉਹ ਉੱਚਾ ਹੋਵੇਗਾ ਪਹਿਲੇ ਬਰਤਨ ਦੇ ਵਿੱਚ ਕੀ ਪਾਇਆ ਵਾ 1 2 ਚਮਚ ਨਮਕ ਘੋਲਣ ਦੇ ਬੱਚਿਓ ਜਦੋਂ ਨਮਕ ਘੋਲਦੇ ਆ ਉਹਦੇ ਨਾਲ ਪਾਣੀ ਦਾ ਲੈਵਲ ਉੱਚਾ ਨਹੀਂ ਹੋਏਗਾ ਕਿਉਂਕਿ ਨਮਕ ਜਿਹੜਾ ਆ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਘੁਲ ਜਾਵੇਗਾ ਆਪਸ਼ਨ ਦੂਸਰੀ ਹੈ ਸਾਡੇ ਕੋਲ 1-2 ਚਮਚ ਪੀਸਿਆ ਗੁੜ ਘੋਲਨ ਨਾਲ ਸ਼ੱਕਰ ਪਾਉਣ ਦੇ ਨਾਲ ਵੀ ਪਾਣੀ ਦਾ ਜਿਹੜਾ ਲੈਵਲ ਉਹ ਅਪ ਨਹੀਂ ਹੋਏਗਾ ਤੀਸਰੀ ਆਪਸ਼ਨ ਹੈ ਸਾਡੇ ਕੋਲ 1-2 ਚਮਚ ਖੰਡ ਘੋਲਣ ਤੇ ਖੰਡ ਵੀ ਜਿਹੜੀ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਜਾਂਦੀ ਹੈ ਜਿਸ ਦੇ ਨਾਲ ਪਾਣੀ ਦਾ ਪੱਧਰ ਜਿਹੜਾ ਉਹ ਜ਼ਿਆਦਾ ਅਪ ਨਹੀਂ ਹੋਏਗਾ ਜਾਂ ਵਧੇਗਾ ਨਹੀਂ ਆਪਸ਼ਨ 14 ਬੱਚਿਓ ਪ੍ਰਿੰਟਿੰਗ ਵਿੱਚ ਹੀ ਮਿਸਿੰਗ ਆ ਆਪਾਂ ਮੰਨ ਕੇ ਚੱਲ ਲੈਂਦੇ ਆ ਕਿ ਇਹਦੇ ਵਿੱਚ ਉਹ ਪਾ ਦਿੰਦੇ ਆ ਸਾਬਤ ਗੁੜ ਜਾਂ ਗੁੜ ਦੀ ਡਲੀ ਸਾਬਤ ਗੁੜ ਬੱਚਿਓ ਜਦੋਂ ਸਾਬਤ ਗੁੜ ਅਸੀਂ ਪਾਵਾਂਗੇ ਉਹਦੇ ਨਾਲ ਕੀ ਆ ਪਾਣੀ ਦਾ ਪੱਧਰ ਵੱਧ ਜਾਵੇਗਾ ਕਿਉਂਕਿ ਗੁੜ ਨੂੰ ਘੁਲਣ ਦੇ ਲਈ ਟਾਈਮ ਲੱਗਦਾ ਆ ਸੋ ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ਸਸਾ ਬੱਚਿਓ ਐਸੀ ਤੁਹਾਡੀ ਬਾਤਾਂਵਾਂ ਸਿੱਖਿਆ ਦੀ ਵੀ ਐਸ਼ੀਟ ਅੱਜ ਕਰਦਾਂਗੇ ਤੁਸੀਂ ਇਸ ਵਿੱਚੋਂ ਅੱਜ ਕੋਈ ਨਾ ਕੋਈ ਨਵੀਂ ਗੱਲ ਜ਼ਰੂਰ ਸਿੱਖੋਗੇ ਇਸ ਵੀਡੀਓ ਨੂੰ ਲਾਈਕ ਕਰੋਗੇ ਤੇ ਕਮੈਂਟ ਵੀ ਕਰਕੇ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰੋਗੇ ਥੈਂਕ ਯੂ ਬੇਟਾ ਜੀ